अज निकलते आए हैं तो बारिश जी उन्हें सब कुछ रस्ते खराब कर दिए गए हैं, लेकिन लोगों को रिज़क की जरूरत है तो शुक्र अलहमदुल्ला इन रस्ते जो अगर गुजर के जाना पाएगा तो इन शायद जाते रहेंगे। आओ जी तरह आराम ना जरा जो बारिश वेखते रहिए तो तीन दिन होर लंघ जाने साढ़े तो किवें इन्होंने लोगों तक राशन पहुँचना सी। ਇਹ ਤਾਰਾ ਜੀ ਆ ਦੇਖੋ ਜੀ ਮਾਸ਼ਾਅੱਲਾ ਇਹ ਦੁਕਾਨ ਬੰਦੀ ਪਈ ਆ ਸਾਜ ਦਾ ਆਪ ਦਾ ਤੇ ਮਦਸਰ ਦੀ ਮਾਸ਼ਾਅੱਲਾ ਤੇ ਇਹ ਹੁਣ ਆਖਰੀ ਮਰਹਲ ਤੇ ਆ ਮਿਸਤਰੀ ਕਾਰਪੈਂਟਰ ਕੰਮ ਕਰਦਾ ਪਿਆ ਵਾ ਬੜੀ ਖੂਬਸੂਰਤ ਦੁਕਾਨ ਬਣ ਗਈ ਮਾਸ਼ਾਅੱਲਾ ਇਹ ਦਰੋ ਇਥੋਂ ਦੀ ਆ ਜਾਓ ਲਓ ਜੀ ਲਓ ਲਓ ਜੀ ਮਾਸ਼ਾਅੱਲਾ ਥੜਾ ਵੀ ਬਣ ਗਿਆ ਦੁਕਾਨ ਦਾ ਤੇ ਆ ਸ਼ੇਡ ਵੀ ਸਭ ਕੁਝ ਮੁਕੰਮਲ ਹੋ ਗਿਆ ਤੇ ਅੱਜ ਮਿਸੀ ਕੀ ਕਰਦੇ ਪਏ ਜਨਾਬ ਇਧਰੋਂ ਜਰਾ ਇਧਰੋਂ ਸਾਡੇ ਕੋਲ ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਾਰਿਸ਼ ਦੇ ਵਿੱਚ ਕੰਮ ਕਰਦੇ ਪਏ ਹੋ ਹਾਂਜੀ ਔਰ ਐਡੀ ਦੂਰੋਂ ਆਣ ਕੇ ਕੰਮ ਕਰਦੇ ਪਏ ਹੋ ਬਹੁਤ ਸ਼ੁਕਰੀਆ ਯਾਰ ਇਸ ਮੁਹੱਬਤ ਦਾ ਬਹੁਤ ਸ਼ੁਕਰੀਆ ਤੇ ਕਿੰਨਾ ਕੰਮ ਰਹਿ ਗਿਆ ਜੀ ਦਸ ਪੰਦਰਾਂ ਮਿੰਟ ਵਿੱਚ ਤੇ ਆਓ ਜੀ ਤਾਰਾ ਜੀ ਤਾਂ ਚੱਲਦੇ ਹਾਂ ਅੱਛਾ ਇਹ ਦੁਕਾਨ ਹੈ ਜੀ ਹੈ ਅਸਲਾਮ ਵਾਲੇਕਮ ਜੀ ਠੀਕ ਠਾਕ ਹੋ ਅਤੇ ਤੁਸੀਂ ਇੱਥੇ ਰਹਿੰਦੇ ਹੋ ਅੱਛਾ 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 ਅਤੇ ਮੈਂ ਤੁਹਾਡੇ ਕੋਲ ਆਉਂਦਾ ਨਹੀਂ ਨਹੀਂ ਕੋਈ ਮੈਂ ਤੁਹਾਡੇ ਕੋਲ ਆ ਜਾਂਦਾ ਅਸਲਾਮ ਵਾਲੇਕੁਮ ਕੀ ਹਾਲ ਜੀ ਠੀਕ ਠਾਕ ਹੋ ਅੱਛਾ ਅਤੇ ਅਸੀਂ ਬੱਚਿਆਂ ਵਾਸਤੇ ਜਿਹੜਾ ਰੱਬ ਨੇ ਅੱਲਾ ਪਾਕ ਨੇ ਦਿੱਤੀ ਆ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਨਹੀਂ ਜੀ ਮਹਿਸੂਸ ਕੀ ਕਰਦੇ ਅੱਲਾ ਦੇ ਕੰਮ ਤੁਹਾਨੂੰ ਹਿੰਮਤ ਦਿੱਤੀ ਅੱਲਾ ਤਾਲਾ ਦੀ ਜ਼ਾਤ ਦੀ ਬਸ ਉਸ ਰੱਬ ਦੇ ਕੰਮ ਆ ਸਾਡਾ ਕੋਈ ਕਮਾਲ ਨਹੀਂ ਅਸੀਂ ਰੱਬ ਦਾ ਸ਼ੁਕਰ ਅਦਾ ਕਰਦੇ ਆ ਕਿ ਅੱਲਾ ਪਾਕ ਉਹਨਾਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰੀਏ ਜਿਹੜੇ ਵਿਚਾਰੇ ਬੇਵੱਸ ਨੇ ਹਾਂ ਜੀ ਬਿਲਕੁਲ ਸਹੀ ਹੱਕ ਬੰਦਾ ਹਾਂਜੀ ਜੀ ਦੁਆ ਕਰਿਓ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਵਾ ਉਹਨਾਂ ਤੋਂ ਤੁਸੀਂ ਦੁਆ ਕਰਿਓ ਮੈਨੂੰ ਮਹਿਸੂਸ ਹੋਇਆ ਕਿ ਤੁਹਾਡੇ ਕੋਈ ਦੁਆ ਕਰੀਏ ਅੱਲਾ ਕਰੇ ਹਾਂਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜਿੰਦੇ ਵਾਸਤੇ ਰਹੋ ਬਹੁਤ ਸ਼ੁਕਰੀਆ ਅੰਦਰੋਂ ਆਵਾਜ਼ ਆ ਰਹੀ ਆ ਅੰਦਰੋਂ ਆਵਾਜ਼ ਆ ਰਹੀ ਆ ਅਸਲਾਮ ਅਲੈਕਮ ਕੈਸੇ ਹੋ ਜਨਾਬ ਹਾਂਜੀ ਕੈਸੀ ਹੈ ਮੇਰੀ ਬੇਟੀ ਹਾਂਜੀ ਹਾਂਜੀ ਕੈਸੇ ਹਾਂਜੀ ਮਾਸ਼ਾਅੱਲਾ ਮਤਲਬ ਕੀ ਹਾਲ ਹੈ ਬੇਟਾ ਠੀਕ ਹੋ ਭਾਈ ਤੁਹਾਡੀ ਦੁਕਾਨ ਬਣ ਗਈ ਤੁਹਾਡੀ ਕੈਸੀ ਬਣੀ ਆ ਬਣਦੀ ਪਈ ਆ ਤੇ ਤੁਸੀਂ ਜਾ ਕੇ ਆਪਣਾ ਦੇਖਦੇ ਹੋ ਕੀ ਕੁਛ ਹੁੰਦੇ ਆ ਉੱਥੇ ਹਾਂਜੀ ਕੀ ਕੁਛ ਹੁੰਦੇ ਆ ਅੱਛਾ ਇਹਨੂੰ ਪੁੱਛੋ ਆਪਣੀ ਬੇਟੀ ਨੂੰ ਕਿ ਇਹਦੀ ਦੁਕਾਨ ਬਣਦੀ ਪਈ ਆ ਹਾਂਜੀ ਬਈ ਸਾਜ ਦਾ ਆਪਣੀ ਦੁਕਾਨ ਬਣ ਰਹੀ ਹੈ ਹੈ ਖੁਸ਼ ਹੋ ਕਿੰਨਾ ਖੁਸ਼ ਹੋ ਮੇਰੀ ਬੇਟੀਆਂ ਸਮਾਨ ਸਮਾਨ ਜੋ ਹਮ ਰੱਖਾਂਗੇ ਜੋ ਸਮਾਨ ਅਸੀਂ ਰੱਖਾਂਗੇ ਉਹ ਤੁਸੀਂ ਵੇਚੋਗੇ ਜਾਂ ਖਾ ਜੋਗੇ ਹਾਂ ਫਿਰ ਅਸੀਂ ਉਹ ਚੋਂ ਟੋਫੀਆਂ ਵੀ ਖਾਣੀਆਂ ਹੈ ਬਿਸਕਿਟ ਵੀ ਖਾਣੇ ਹੈ ਬੱਚੇ ਕੀ ਮਹਿਸੂਸ ਕਰਦੇ ਪਏ ਨੇ ਖੁਸ਼ ਮੇਰਾ ਖਿਆਲ ਹੁਣ ਅਖੀਰ ਤੇ ਗੱਲ ਪਹੁੰਚੀ ਆ ਹਾਂਜੀ ਰਾਸ਼ਨ ਤੁਹਾਨੂੰ ਆ ਗਿਆ ਤੇ ਆਓ ਦੁਕਾਨ ਦੇਖਦੇ ਹਾਂ ਤਾਰਾ ਜੀ
ਖਾਓਗੇ ਨਾ ਖਾਓ ਨਾ ਆਪ ਕੇ ਲਾਇਆ ਨਾ ਲੈ ਬਤਾ ਲੈ ਬਤਾ ਲੈ ਲੈ ਲੋ ਲੋ ਇਹ ਮੇਰੀ ਬੇਟੀ ਸਾਜਦਾ ਵਾਹ ਜੀ ਵਾਹ ਇਹ ਤਾਂ ਬੜੀ ਜ਼ਬਰਦਸਤ ਚੇਂਜ ਹੋਈ ਹਾਂਜੀ ਫਸਟ ਕਲਾਸ ਹੋ ਗਿਆ ਹਾਂਜੀ ਅਸੀਂ ਆਖਿਆ ਕਿ ਯਾਰ ਬਾਰਿਸ਼ ਚ ਅਗਰ ਅਸੀਂ ਵਾਪਸ ਚਲ ਜਾਈਏ ਤੇ ਆਪਣੀ ਖੁਦਗਰਜ਼ੀ ਵਾਲੀ ਗੱਲ ਹੋਏਗੀ ਕਿ ਸਾਡਾ ਬੰਦਾ ਜਿਹੜਾ ਉੱਥੇ ਕੰਮ ਕਰਦਾ ਹੋਵੇ ਤੇ ਅਸੀਂ ਨੂੰ ਬਾਰਿਸ਼ ਛੱਡ ਜਾਈਏ ਨਹੀਂ ਨਾਲ ਲੈ ਕੇ ਆਏ ਤਾਂ ਨਾਲ ਲੈ ਕੇ ਜਾਵਾਂਗੇ ਨਹੀਂ ਛੱਡਣਾ ਤੁਸੀਂ ਵੀ ਇਸ ਜਜ਼ਬੇ ਚ ਕੰਮ ਕਰਦੇ ਪਏ ਬਹੁਤ ਸ਼ੁਕਰੀਆ ਅੱਲਾ ਪਾਕ ਤੁਹਾਨੂੰ ਵੀ ਅਜਰ ਦੇ ਕੇ ਭਾਈ ਆਹ ਵੇਖ ਆਹ ਤੇ ਫਟਾ ਲੈਣ ਲੱਗੀ ਆਹ ਦੇਖੋ ਜੀ ਮਾਸ਼ਾਅੱਲਾ ਮਾਸ਼ਾਅੱਲਾ ਅੱਛਾ ਆਹ ਤੁਹਾਨੂੰ ਮਾਸ਼ਾਅੱਲਾ ਕਿੰਨਾ ਅੱਛਾ ਫਰਾਕ ਲੱਗਾ ਹੈ ਨਾ ਹਾਂਜੀ ਉਹਨੂੰ ਬਹੁਤ ਸੋਹਣਾ ਲੱਗਿਆ ਹਾਂ ਬਹੁਤ ਸ਼ੁਕਰ ਹੈ ਖੁਦਾ ਦਾ ਅੱਲਾ ਪਾਕ ਤੇਰਾ ਲੱਖ ਲੱਖ ਸ਼ੁਕਰ ਆ ਕਿ ਬੱਚੇ ਖੁਸ਼ ਨੇ ਔਰ ਅੱਲਾ ਪਾਕ ਸ਼ੁਕਰ ਖੁਦਾ ਦਾ ਅੱਲਾ ਤਾਲਾ ਦਾ ਅੱਲਾ ਵੀ ਆਣ ਕਹੀ ਦੱਸ ਸਰ ਸਰਦੀ ਲੱਗ ਰਹੀ ਭਈ ਅਸੀਂ ਬਹੁਤ ਖੁਸ਼ ਆ ਵੀ ਅੱਲਾ ਤਾਲਾ ਨੇ ਵਸੀਲਾ ਬਣਾਤਾ ਬੱਚਿਆਂ ਦਾ ਹਾਂਜੀ ਹਾਂਜੀ ਅਸੀਂ ਬਹੁਤ ਖੁਸ਼ ਆ ਇਸ ਤੋਂ ਵੀ ਅੱਲਾ ਤਾਲਾ ਨੇ ਮੇਰੇ ਬੱਚਿਆਂ ਦਾ ਵਸੀਲਾ ਬਣਾਤਾ ਮੈਂ ਲੈ ਕੇ ਬੈਠੀ ਸੀਗੀ ਤੇ ਇਹਦੇ ਕਰਕੇ ਲੋਕ ਕੀ ਮਹਿਸੂਸ ਕਰਦੇ ਨੇ ਹਾਂਜੀ ਲੋਕੀ ਮਹਿਸੂਸ ਕਰਦੇ ਆ ਵੀ ਇਹ ਤੁਸੀਂ ਇਹਨਾਂ ਵੀ ਹਰਾਮ ਖਾਣਾ ਗਿੱਜੇ ਆ ਤਾਂ ਤੁਹਾਨੂੰ ਹਰਾਮ ਖਾਂਦੇ ਮੈਂ ਕਿਹਾ ਸਾਨੂੰ ਅੱਲਾ ਨੇ ਦਿੱਤਾ ਆ ਤਾਂ ਅੱਲਾ ਨੇ ਅੱਲਾ ਤਾਂ ਕੋਈ ਗੱਲ ਨਹੀਂ ਲੋਕ ਗੱਲਾਂ ਕਰਦੇ ਨੇ ਸ਼ੁਕਰ ਕੀਤਾ ਲੋਕੀ ਕਹਿੰਦੇ ਲੈ ਤੁਹਾਡੇ ਇਦਾਂ ਕਰਾ ਤਾਂ ਮੈਂ ਕਿਹਾ ਉਹਨਾਂ ਨੇ ਬੱਚਿਆਂ ਦੇ ਬਾਰੇ ਕੀਤਾ ਤਾਂ ਅੱਲਾ ਤਾਲਾ ਨੇ ਭੇਜੇ ਆ ਸ਼ੁਕਰ ਅਸੀਂ ਅੱਲਾ ਤਾਲਾ ਦਾ ਕਰਦੇ ਪਹਿਲਾਂ ਵੀ ਤੇਰਾ ਲੱਖ ਲੱਖ ਵਾਰੀ ਸ਼ੁਕਰ ਆ ਮੇਰੇ ਬੱਚਿਆਂ ਦੇ ਬਾਰੇ ਜਿਹੜੇ ਲੋਕਾਂ ਦੇ ਜਿਹੜੇ ਲੋਕ ਵਸੀਲਾ ਬਣੇ ਨੇ ਜਿਹੜੇ ਲੋਕ ਵਸੀਲਾ ਬਣੇ ਨੇ ਉਹਨਾਂ ਨੇ ਇਹ ਦੁਕਾਨ ਜਿਹੜੀ ਤਿਆਰ ਹੁੰਦੀ ਪਈ ਆ ਮੇਰੀ ਭੈਣ ਜੀ ਉਹਨਾਂ ਵਾਸਤੇ ਖੁਸ਼ ਦਾ ਦੁਆ ਕਰਨੀ ਆ ਹਾਂਜੀ ਅਸੀਂ ਬਹੁਤ ਦੁਆ ਔਰ ਖਸੂਸੀ ਤੌਰ ਤੇ ਭਾਈ ਕਲੀਮ ਸਾਹਿਬ ਵਾਸਤੇ ਜਿਨ੍ਹਾਂ ਨੇ ਇਹ ਦੁਕਾਨ ਦਾ ਸਾਰੀ ਜ਼ਿੰਮੇਵਾਰੀ ਲਈ ਆ ਉਹਨਾਂ ਵਾਸਤੇ ਕਲੀਮ ਸਾਹਿਬ ਦਾ ਉਹਨਾਂ ਵਾਸਤੇ ਸੂਜੀ ਦੁਆ ਕਰਦੇ ਅਸੀਂ ਬਹੁਤ ਭਾਜੀ ਦੁਆ ਕਰਦੇ ਆ ਵੀ ਅਸੀਂ ਹਨਾ ਉਹਨਾਂ ਦੇ ਬਾਰੇ ਚ ਭਾਈ ਕਲੀਮ ਵਾਸਤੇ ਤੇ ਬੇਗਮ ਵਾਸਤੇ ਹਾਂਜੀ ਹਾਂਜੀ ਕਿ ਅੱਲਾ ਪਾਕ ਨੂੰ ਤੰਦਰੁਸਤੀ ਦੇਵੇ ਅੱਲਾ ਪਾਕ ਨੂੰ ਆਸਾਨੀਆਂ ਪੈਦਾ ਕਰੇ ਹਾਂਜੀ ਹਾਂਜੀ ਅੱਲਾ ਮੀਆਂ ਉਹਨਾਂ ਨੂੰ ਤੰਦਰੁਸਤੀ ਦੇ ਯਾ ਅੱਲਾ ਮੀਆਂ ਉਹਨਾਂ ਦੇ ਕਾਰੋਬਾਰ ਚ ਬਰਕਤ ਪਾਈ ਯਾ ਅੱਲਾ ਮੀਆਂ ਬਿਮਾਰਾਂ ਨੂੰ ਸ਼ਿਫਾ ਦੇ ਯਾ ਅੱਲਾ ਮੀਆਂ ਬੇਅਲਾਦਾਂ ਨੂੰ ਔਲਾਦ ਦੇ ਯਾ ਅੱਲਾ ਮੀਆਂ ਭਾਜੀ ਕਲੀਮ ਦੇ ਉਹਨਾਂ ਦੀ ਬੇਗਮ ਵਾਸਤੇ ਅਸੀਂ ਬਹੁਤੀ ਬਹੁਤੀ ਦੁਆ ਕਰਦੇ ਉਹਨਾਂ ਨੂੰ ਤੰਦਰੁਸਤੀ ਦੇ ਤੇ ਜਿਹੜੇ ਨਾਲ ਜਿਹੜੇ ਬਾਕੀ ਕੰਮ ਜਿਹੜੇ ਹੋਏ ਨੇ ਉਹ ਜਿਹੜੇ ਲੋਕ ਸ਼ਾਮਲ ਨੇ ਉਸ ਕੰਮ ਵਿੱਚ ਉਹਨਾਂ ਵਾਸਤੇ ਦੁਆ ਕਰਨੀ ਹੈ ਸਭ ਵਾਸਤੇ ਦੁਆ ਕਰਨੀ ਹੈ ਦੁਆ ਕਰਦੇ ਹਰ ਅੱਲਾ ਤਾਲਾ ਹਰ ਵਾਸਤੇ ਅਸੀਂ ਦੁਆ ਕਰਦੇ ਅੱਲਾ ਮੀਆਂ ਉਹਨਾਂ ਨੂੰ ਤੰਦਰੁਸਤੀ ਦੇਵੇ ਉਹਨਾਂ ਦੇ ਕਾਰੋਬਾਰ 'ਚ ਬਰਕਤ ਪਾਵੇ ਅੱਲਾ ਮੀਆਂ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਉਹਨਾਂ ਬੱਚਿਆਂ ਨੂੰ ਫਰਮਾਂ ਬਰਦਾਰ ਬਣਾਏ ਉਹਨਾਂ ਦੇ ਬੱਚਿਆਂ ਨੂੰ ਮੁਸਲਮਾਨ ਬਣਾਏ ਹਾਂਜੀ ਹਾਂਜੀ ਅਸੀਂ ਬਹੁਤ ਸ਼ੁਕਰੀਆ ਭਾਜੀ ਉਹਨਾਂ ਦੇ ਹੱਕ ਅੰਦਰ ਕਰਦੇ ਮੇਰੇ ਬੱਚਿਆਂ ਦੇ ਬਾਰੇ 'ਚ ਉਹਨਾਂ ਨੇ ਬਹੁਤ ਕੁਝ ਸੋਚਿਆ ਅਸੀਂ ਬਹੁਤ ਬੱਚੇ ਵੀ ਖੁਸ਼ ਆ ਅਸੀਂ ਵੀ ਖੁਸ਼ ਹਾਂ ਚਲੋ ਬਹੁਤ ਸ਼ੁਕਰੀਆ ਰੱਬ ਨੇ ਸਾਡਾ ਬਣਾਤਾ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਸ਼ੁਕਰੀਆ ਬਿਸਮਿਲ੍ਲਾ ਰਹਿਮਾਨ ਰਹੀਮ ਅੱਜ ਅੱਲਾ ਤਾਲਾ ਦੀ ਕਰਨਵਾਦੀ ਨਾਲ ਅੱਲਾ ਤਾਲਾ ਦੇ ਰਹਿਮ ਨਾਲ ਅੱਲਾ ਤਾਲਾ ਦੀ ਮਿਹਰਬਾਨੀ ਨਾਲ ਉਹਦੇ ਫਜ਼ਲ ਨਾਲ ਅਸੀਂ ਸਾਨੂੰ ਨੰਗੇ ਪੈਰੀ ਆਉਣਾ ਪਿਆ ਇਸ ਬਾਰਿਸ਼ ਦੇ ਵਿੱਚ ਕਿ ਸਾਨੂੰ ਅਹਿਸਾਸ ਸੀਗਾ ਕਿ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਵਾਸਤੇ ਅਸੀਂ ਕਫਾਲਤ ਦਾ ਜ਼ੁੰਮਾ ਲਿਆ ਉਹਨਾਂ ਵਾਸਤੇ ਰਾਸ਼ਨ ਪਹੁੰਚਾਈਏ ਦੋ ਦਿਨ ਤੋਂ ਬਾਰਿਸ਼ ਹੋ ਰਹੀ ਸੀ ਜੇ ਅਸੀਂ ਰੁਕੇ ਰਹਿੰਦੇ ਤਾਂ ਫਿਰ ਸਾਨੂੰ ਵੀ ਅਸੀਂ ਤਾਂ ਆਪਣੇ ਘਰ ਦੇ ਵਿੱਚ ਰੋਟੀ ਖਾਂਦੇ ਹਾਂ ਲੇਕਿਨ ਬੱਚਿਆਂ ਵਾਸਤੇ ਇੱਕ ਰਿਜ਼ਕ ਦਾ ਜਿਹੜਾ ਬੰਦੋਬਸਤ ਦਾ ਜ਼ਿੰਮੇਵਾਰੀ ਲਈ ਆ ਅਸੀਂ ਉਹਦੀ ਫਰਾਇਜ਼ ਦੀ ਬਜਾਵਰੀ ਵਾਸਤੇ ਅਸੀਂ ਇੱਥੇ ਆਏ ਹਾਂ ਅਤੇ ਉਹਦੀ ਦੁਕਾਨ ਜਿਹੜੀ ਆ ਉਹ ਤਿਆਰ ਹੋ ਰਹੀ ਆ ਔਰ ਆਖਰੀ ਮਰਹਲ 'ਚ ਔਰ ਇਹ ਸਾਜਦਾ ਇਹ ਆਬਦਾ ਔਰ ਇਹ ਮਦੱਸਰ ਇਹਨਾਂ ਵਾਸਤੇ ਕਿ ਬਜਾਏ ਕਿ ਲੋਕਾਂ ਕੇ ਹੱਥ ਫੈਲਾਉਣ ਇਹਨਾਂ ਵਾਸਤੇ ਇੱਕ ਬਿਹਤਰੀਨ ਗ੍ਰੋਸਰੀ ਸਟੋਰ ਛੋਟਾ ਜਿਹਾ ਬਣਦਾ ਪਿਆ ਵਾ ਔਰ ਸਾਹਮਣੇ ਮੇਰੇ ਰੱਬ ਦਾ ਘਰ ਆ ਅੱਲਾ ਪਾਕ ਦਾ ਘਰ ਵਾ ਇਹ ਬੜਾ ਬਾਇਸੇ ਖੈਰੋ ਬਰਕਤ ਆ ਹੈਂਜੀ ਔਰ ਐਸਾ ਮੈਂ ਖੁਸ਼ੀ ਮਹਿਸੂਸ ਕਰਦਾ ਪਿਆ ਕਿ ਉੱਪਰ ਬੱਦਲ ਨੇ ਨੀਚੇ ਮਸਜਿਦ ਦੇ ਮੀਨਾਰ ਨੇ ਅਤੇ ਸਾਡੇ ਕੋਲ ਇੱਕ ਬਜ਼ੁਰਗ ਬੈਠੇ ਨੇ ਜਿਹੜੇ ਮਾਸ਼ਾਅੱਲਾ ਮਸਜਿਦ ਦੇ ਵਿੱਚੋਂ ਨਮਾਜ਼ ਪੜ੍ਹ ਕੇ ਆਏ ਨੇ ਅਤੇ ਕੀ ਨਾਂ ਜੀ ਆਪਣਾ ਹਾਫਿਜ਼ ਮੁਹੰਮਦ ਅਕਰਮ ਹਾਫਿਜ਼ ਮੁਹੰਮਦ ਅਕਰਮ ਸਾਹਿਬ ਅਤੇ ਤੁਸੀਂ ਇੱਥੇ ਇਮਾਮਤ ਕਰਾਉਂਦੇ ਹੋ ਜੀ ਮਾਸ਼ਾਅੱਲਾ ਜੀ ਇੱਥੇ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਕਿ ਇੱਥੇ ਇਮਾਮਤ ਕਰਾਉਂਦੇ ਹੋ ਅਤੇ ਅੱਜ ਤੁਹਾਡੇ ਮੇਰੀ ਪਹਿਲੀ ਮੁਲਾਕਾਤ ਹੋਈ ਆ ਹਾਂਜੀ ਅਤੇ ਇਹ ਜੋ ਕੁਛ ਅਸੀਂ ਇੱਕ ਵਸੀਲਾ ਬਣ ਕੇ ਕੋਸ਼ਿਸ਼ ਕਰਕੇ ਹਾਂਜੀ ਅੱਲਾ ਦੀ ਰਜ਼ਾ ਨੂੰ ਪੂਰਾ ਕਰਨ ਵਾਸਤੇ ਖਾਲਸ ਰਜ਼ਾ ਨੂੰ ਪੂਰਾ ਕਰਨ ਵਾਸਤੇ ਅਸੀਂ ਇਹਨਾਂ ਬੱਚਿਆਂ ਨਹੀਂ ਜਾਣਦੇ ਕੌਣ ਆ ਇਹਦੇ ਵਾਲਦਿਆਂ ਕੌਣ ਆ ਹਾਲੇ ਤੱਕ ਮੈਨੂੰ ਨਹੀਂ ਪਤਾ ਇਹਦੇ ਵਾਲਦਿਆਂ ਕੌਣ ਹਾਲੇ ਕੋਈ ਪੁੱਛੇ ਨਹੀਂ ਹੈਗਾ ਅਤੇ ਇਹ ਇੱਕ ਜਿਹੜਾ ਸਾਡਾ ਮਿਸ਼ਨ ਹੈ ਉਹਦਾ ਹਿੱਸਾ ਵਾ ਕਿ ਹਰ ਉਸ ਬੰਦੇ ਤੱਕ ਪਹੁੰਚੀਏ ਜਿਹੜੇ ਜਿਹਨਾਂ ਤੱਕ ਕੋਈ ਨਹੀਂ ਪਹੁੰਚਦਾ ਜੀ ਅਤੇ ਤੁਸੀਂ ਵੇਖਦੇ ਪਏ ਹੋ ਕਿ ਜੋ ਕੁਛ ਹੁੰਦਾ ਪਿਆ ਵਾ ਇਹਨਾਂ ਵਾਸਤੇ ਜੋ ਕੁਛ ਬਣਿਆ ਅਤੇ
ਮੈਨੂੰ ਬੜੀ ਖੁਸ਼ੀ ਹੋਏਗੀ ਜਾਣ ਕੇ ਕਿ ਤੁਸੀਂ ਲੋਕ ਕੀ ਮਹਿਸੂਸ ਕਰਦੇ ਆ, ਤੁਸੀਂ ਕੀ ਮਹਿਸੂਸ ਕਰਦੇ ਹੋ? ਭਾਈ ਇਹ ਯਤੀਮ ਬੱਚੇ ਆ ਜੀ ਜੀ, ਇਹ ਤਾਂ ਸਾਰੇ ਮੁਹੱਲੇ ਵਾਲੇ ਵੀ ਜਾਣਦੇ ਆ ਜੀ ਜੀ, ਅਤੇ ਇਹ ਹੈ ਵੀ ਮਾਜ਼ੂਰ ਆ ਜੀ ਜੀ, ਇਹਨਾਂ ਦੀ ਤੁਸੀਂ ਕਫਾਲਤ ਦਾ ਜਿਹੜਾ ਜ਼ੁੰਮਾ ਲਿਆ ਜਾਂ ਤੁਸੀਂ ਇਹ ਜਿਹੜੀ ਦੁਕਾਨ ਬਣਾ ਕੇ ਦੇਣ ਲੱਗੇ ਜਾਂ ਮਕਾਨ ਬਣਾ ਕੇ ਦਿੱਤਾ, ਇਹ ਅੱਲਾ ਦੀ ਰਜ਼ਾ ਲਈ ਤੁਸੀਂ ਬਣਾਇਆ, ਅਸੀਂ ਤਾਂ ਇਹੀ ਦੁਆ ਕਰ ਸਕਦੇ ਹਾਂ ਕਿ ਯਾਰ ਲਾ ਇਹਨਾਂ ਦੀ ਇਸ ਕਾਵਿਸ਼ ਨੂੰ ਕਬੂਲ ਫਰਮਾ ਲਾ, ਅਤੇ ਇਹਨਾਂ ਨੂੰ ਅਜਰੇ ਅਜ਼ੀਮ ਅਤਾ ਫਰਮਾ, ਇਹਨਾਂ ਦੇ ਬੱਚਿਆਂ ਨੂੰ ਵੀ ਤੰਦਰੁਸਤੀ ਦੇ, ਇਹਨਾਂ ਦੇ ਕਾਰੋਬਾਰ 'ਚ ਵੀ ਬਰਕਤ ਦੇ, ਔਰ ਜਿੰਨੇ ਵੀ ਮਤਲਬ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਅਗਰ ਇਸ ਦੁਨੀਆ ਤੋਂ ਕੋਈ ਤੁਹਾਡੇ ਬੜੇ ਚਲੇ ਗਏ, ਅੱਲਾ ਪਾਕ ਉਹਨਾਂ ਦੀ ਬਖਸ਼ਿਸ਼ ਦਾ ਇਹ ਜ਼ਰੀਆ ਬਣਾ ਦੇਵੇ, ਅਤੇ ਇਹਨਾਂ ਬੱਚਿਆਂ ਦੀ ਕਫਾਲਤ ਦਾ ਇਹ ਜ਼ਰੀਆ ਬਣ ਜਾਵੇ, ਅਤੇ ਇਹਨਾਂ ਬੱਚਿਆਂ ਨੂੰ ਤਾਂ ਕਿ ਦਰ ਬਦਰ ਨਾ ਫਿਰਨਾ ਪਵੇ ਔਰ ਲੋਕਾਂ ਅੱਗੇ ਹੱਥ ਨਾ ਅੱਡਣੇ ਪੈਣ, ਇਹ ਮਤਲਬ ਆਪਣੀ ਦੁਕਾਨ 'ਤੇ ਬੈਠੇ ਰਹਿਣ ਅਤੇ ਇਹਨਾਂ ਦੀ ਰੋਜ਼ੀ ਦਾ ਮਸਲਾ ਚੱਲਦਾ ਰਹੇ। ਇਹ ਤੁਸੀਂ ਜਿਹੜਾ ਕਾਰੋਬਾਰ ਕਰ ਰਹੇ ਹਾਂ ਇਹ ਸਾਡੇ ਦੇਖਣ 'ਚ ਬਹੁਤ ਚੰਗਾ ਤੁਸੀਂ ਕੀਤਾ ਹੈਗਾ। ਮੈਂ ਦੁਆ ਇਹ ਕਰਦਾ ਵਾਂ ਕਿ ਯਾਰ ਲਾ ਕੁੱਲ ਦੁਨੀਆ ਦੇ ਮਾਲਦਾਰ ਲੋਕਾਂ ਨੂੰ ਇਹ ਤੌਫੀਕ ਦੇਈਂ ਕਿ ਆਪਣੇ ਗਰੀਬ ਯਤੀਮਾਂ ਦੀ, ਮਸਕੀਨਾਂ ਦੀ, ਬੇਵਾ ਦੀ ਖਿਦਮਤ ਕਰਨ ਵਾਲੇ ਪਾਸੇ ਨੂੰ ਆਉਣ, ਤਾਂ ਕਿ ਇਹਨਾਂ ਦੀ ਵੀ ਕਫਾਲਤ ਦਾ ਜ਼ਰੀਆ ਬਣ ਸਕੇ, ਕਿਉਂਕਿ ਇਹਦੇ ਅੰਦਰ ਬਹੁਤ ਖੈਰ ਔਰ ਬਹੁਤ ਭਲਾਈ ਆ। ਬਿਲਕੁਲ, ਅਗਰ ਅਸੀਂ ਖੈਰ ਵਾਲਾ ਭਲਾਈ ਵਾਲਾ ਕੰਮ ਨਾ ਕਰਾਂਗੇ ਤਾਂ ਅਸੀਂ, ਸਾਡੇ 'ਤੇ ਅੱਲਾ ਪਾਕ ਵੀ ਰਾਜ਼ੀ ਨਹੀਂ ਹੋਣੇ। ਅੱਲਾ ਪਾਕ ਵੀ ਇਸੇ ਚੀਜ਼ 'ਤੇ ਰਾਜ਼ੀ ਆ ਕਿ ਅਗਰ ਅਸੀਂ ਗਰੀਬ ਦੀ ਮਦਦ ਕਰਾਂਗੇ, ਯਤੀਮ ਦੀ ਮਦਦ ਕਰਾਂਗੇ, ਕਿਉਂਕਿ ਵੈਸੇ ਵੀ ਸਾਡੇ ਦੀਨ ਇਸਲਾਮ ਦੇ ਮੁਤਾਬਕ ਸਾਡੇ ਨਬੀ ਨੇ ਫਰਮਾਇਆ ਕਿ ਯਤੀਮਾਂ ਦੇ ਸਿਰ 'ਤੇ ਹੱਥ ਰੱਖਣਾ ਚਾਹੀਦਾ, ਇਹਨਾਂ ਨੂੰ ਮਤਲਬ ਖਾਣ ਨੂੰ ਦੇਣਾ ਚਾਹੀਦਾ, ਇਹਨਾਂ ਦਾ ਖਾਣਾ ਨਹੀਂ ਚਾਹੀਦਾ, ਇਹਨਾਂ ਨੂੰ ਖੁਦ ਦੇਣਾ ਚਾਹੀਦਾ, ਤਾਂ ਕਿ ਅੱਲਾ ਪਾਕ ਇਹਨਾਂ ਦਾ ਸਾਨੂੰ ਅਜਰੇ ਅਜ਼ੀਮ ਅਤਾ ਕਰੇ। ਸਾਡੇ ਨਬੀ ਨੇ ਤਾਂ ਇਹ ਵੀ ਫਰਮਾਇਆ ਕਿ ਬੱਚੇ ਦੇ ਯਤੀਮ ਦੇ ਸਿਰ 'ਤੇ ਹੱਥ ਰੱਖਾਂਗੇ ਅਤੇ ਉਹਨੇ ਜਿੰਨੇ ਬਾਲ ਥੱਲੇ ਉਨੀਆਂ ਨੇਕੀਆਂ ਮਿਲਣਗੀਆਂ। ਇਹ ਤਾਂ ਬਹੁਤ ਜ਼ਿਆਦਾ ਅਜਰੋ ਸਵਾਬ ਵਾਲਾ ਕੰਮ ਆ। ਅਸੀਂ ਜਿਹੜਾ ਬਾਰਿਸ਼ 'ਚ ਆਏ ਨੰਗੇ ਪੈਰੀਂ, ਹਾਂਜੀ, ਅਸੀਂ ਕੋਈ ਇਹ ਨਹੀਂ ਕਿ ਅਸੀਂ ਇਹਨਾਂ 'ਤੇ ਆਸਾਨ ਕਰਨ ਆਏ ਹਾਂ, ਅਸੀਂ ਇੱਕ ਫਰਜ਼ ਸਮਝਦੇ ਹਾਂ। ਲੇਕਿਨ ਮੈਂ ਤੁਹਾਡੇ ਕੋਲ ਰਿਕੁਐਸਟ ਕਰਾਂਗਾ ਕਿ ਤੁਸੀਂ ਅੱਲਾ ਦੇ ਨੇਕ ਬੰਦੇ ਹੋ, ਉਹ ਲੋਕ ਜਿਹੜੇ ਇੱਕ ਕਰਦੇ ਪਏ ਨੇ, ਜਿਹੜੇ ਸਾਡੀ ਬੈਕ 'ਤੇ ਖੜੇ ਨੇ, ਮੈਂ ਉਹਨਾਂ ਵਾਸਤੇ ਰਿਕੁਐਸਟ ਕਰਦਾ ਹਾਂ ਕਿ ਉਹਨਾਂ 'ਤੇ ਦੁਆ ਕਰਦੇ ਇੱਕ, ਕਿ ਉਹਨਾਂ ਨੇ ਵੇਖਿਆ ਕੌਣ ਹੈ ਕੌਣ, ਸੱਤ ਸਮੁੰਦਰ ਪਾਰ ਬੈਠੇ ਨੇ, ਲੇਕਿਨ ਸਾਡੀ ਉਹਨਾਂ ਡਿਊਟੀ ਲਾਈ ਆ ਕਿ ਜਾਓ ਔਰ ਉਹਨਾਂ ਲੋਕਾਂ ਕੋਲ ਜਾਓ ਜਿਹਨਾਂ ਕੋਈ ਨਹੀਂ ਜਾਂਦਾ, ਉਹਨਾਂ ਵਾਸਤੇ ਇੱਕ ਦੁਆ ਕਰ ਦਿਓ ਕਿ ਅੱਲਾ ਪਾਕ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ। ਬਈ ਅਸੀਂ ਤਾਂ ਜਿੱਦਣ ਦਾ ਇੱਕ ਤੁਸੀਂ ਸਿਲਸਿਲਾ ਸ਼ੁਰੂ ਕੀਤਾ ਨਾ, ਅਸੀਂ ਉਦਣ ਦੇ ਇਸ ਚੀਜ਼ ਦੇ ਹੱਕ 'ਚ ਹਾਂ ਕਿ ਅੱਲਾ ਪਾਕ ਜਿਹੜਾ ਉਹਨਾਂ ਨੂੰ ਇਤਨਾ ਅਜਰ ਦੇਵੇ, ਇਤਨੀ ਸਿਹਤ ਦੇਵੇ, ਅੱਲਾ ਖੈਰ ਵਾ ਪੀਅਤ ਔਰ ਸਲਾਮਤੀ ਵਾਲੀ ਜ਼ਿੰਦਗੀ ਉਹਨਾਂ ਨੂੰ ਦੇਵੇ, ਤਾਂ ਕਿ ਉਹ ਇਸੇ ਤਰੀਕੇ ਨਾਲ ਗਰੀਬਾਂ ਦੀ ਮਦਦ ਕਰਦੇ ਰਹੇ। ਅਤੇ ਇਹ ਕੋਈ ਗੱਲ ਨਹੀਂ ਕਿ ਅਸੀਂ ਮਤਲਬ ਦੁਆ ਨਹੀਂ ਕਰਦੇ, ਅਸੀਂ ਕਰਦੇ ਹਾਂ ਇਨਸ਼ਾਅੱਲਾ। ਇਹ ਖਾਸ ਤੌਰ 'ਤੇ ਸਾਨੂੰ ਇਹ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਇਹਨਾਂ ਮਜਬੂਰ ਬੱਚਿਆਂ ਦੀ ਮਦਦ ਕੀਤੀ ਹੈ, ਉਹਨਾਂ ਨੇ ਕੀਤੀ ਹੈ, ਅੱਲਾ ਪਾਕ ਇਹਦੇ ਸਦਕੇ ਪਤਾ ਨਹੀਂ ਉਹਨਾਂ ਨੂੰ ਕਿੰਨਾ ਕਜਰੇ ਅਜ਼ੀਮ ਅਤਾ ਫਰਮਾ ਦੇਣਗੇ। ਇੱਕ ਮੈਂ ਰਿਕੁਐਸਟ ਹੋਰ ਕਰਨਾ ਚਾਹੁੰਦਾ, ਹਾਂਜੀ, ਕਿ ਤੁਸੀਂ ਇੱਥੇ ਇਮਾਮ ਮਸਜਿਦ ਹੋ ਜੀ, ਇਸ ਤੋਂ ਇਲਾਵਾ ਤੁਹਾਡਾ ਕੀ ਹੈ? ਇਸ ਤੋਂ ਇਲਾਵਾ ਮੈਂ ਨਾਲ ਹੀ ਪਿੰਡ ਆ, ਉੱਥੇ ਮਦਰਸਾ ਬਣਿਆ, ਮੈਂ ਸੁਬਹਾ ਸ਼ਾਮ ਬੱਚੇ ਪੜ੍ਹਾਉਂਦਾ। ਅੱਛਾ ਅੱਛਾ, ਕੁਰਾਨੇ ਪਾਕ ਪੜ੍ਹਾਉਂਦਾ, ਠੀਕ ਹੈ। ਅਤੇ ਮੁਸਲਮਾਨਾਂ ਦਾ ਜਿਹੜੇ ਦੀਨ ਦੀ ਤਲੀਮ ਹਾਸਲ ਕਰਦੇ ਨੇ ਜਿਸ ਇਲਾਕੇ ਤੁਸੀਂ ਮਸਜਿਦ ਆ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਆਪਣੇ ਇਲਾਕੇ ਦੇ ਇਮਾਮ ਮਸਜਿਦ ਦੀ ਖਿਦਮਤ ਕਰਨ ਔਰ ਉਹਨਾਂ ਵਾਸਤੇ ਵੀ ਕੁਛ ਇਹ ਜਜ਼ਬਾ ਰੱਖਣ। ਬਈ ਕਰਦੇ ਹੀ ਆ, ਜੋਗੇ ਹੈਗੇ ਆ ਕਰਦੇ ਆ, ਮਾਸ਼ਾਅੱਲਾ ਕੋਈ ਨਹੀਂ ਐਸੀ ਗੱਲ। ਅਤੇ ਅਸੀਂ ਵੀ ਤੁਹਾਡੇ ਛੋਟੇ ਹਾਂ ਜੀ, ਸਮਝਣਾ, ਅਤੇ ਤੁਹਾਡੀ ਦੀਨ ਦੀ ਖਿਦਮਤ ਦੇ ਅਸੀਂ ਤੁਹਾਨੂੰ ਸਿਲਾ ਨਹੀਂ ਦੇ ਸਕਦੇ, ਲੇਕਿਨ ਅਸੀਂ ਇੱਕ ਪਿਆਰ ਦਾ ਇਜ਼ਹਾਰ ਜ਼ਰੂਰ ਕਰਾਂਗੇ, ਹਾਂਜੀ, ਕਿ ਉਹਨੂੰ ਕਬੂਲ ਕਰਿਓ ਅਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ, ਤਾਂ ਕਿ ਜਿਹੜੇ ਲੋਕ ਮੇਰੇ ਬੱਚੇ ਨਹੀਂ ਇੱਥੇ ਪੜ੍ਹਦੇ, ਲੇਕਿਨ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਕੁਰਾਨ ਦੀ ਤਲੀਮ ਦਿੰਦੇ ਹੋ, ਨਮਾਜ਼ ਤਲਕੀਨ ਕਰਦੇ ਹੋ, ਨਮਾਜ਼ ਪੜ੍ਹਾਉਂਦੇ, ਹਾਂਜੀ, ਇਹ ਤੁਹਾਡੀ ਖਿਦਮਤ ਆ, ਹਾਂਜੀ ਹਾਂਜੀ, ਬਹੁਤ ਸ਼ੁਕਰੀਆ, ਮਿਹਰਬਾਨੀ, ਜਿਹਦੇ ਵਾਸਤੇ ਕੋਈ ਮਿਹਰਬਾਨੀ ਨਹੀਂ, ਨਾ ਨਾ ਕੋਈ ਮਿਹਰਬਾਨੀ ਨਹੀਂ, ਤੁਸੀਂ ਇਸ ਇਲਾਕੇ ਦੇ ਬੱਚਿਆਂ ਨੂੰ ਕੁਰਾਨ ਪਾਕ ਪੜ੍ਹਾਉਂਦੇ ਹੋ, ਅੱਲਾ ਪਾਕ ਤੁਹਾਨੂੰ ਅਜਰ ਦੇਵੇ ਅਤੇ ਸਭ ਵਾਸਤੇ ਦੁਆ ਕਰਿਆ ਕਰੋ, ਠੀਕ ਹੈ? ਕਰਦੇ ਹਾਂ ਜੀ, ਇਨਸ਼ਾਅੱਲਾ, ਬਹੁਤ ਦੁਆ ਕਰਦੇ, ਅੱਲਾ ਪਾਕ ਸਾਰਿਆਂ ਨੂੰ ਹਦਾਇਤ ਦੇਵੇ।